ਸਭ ਤੋਂ ਪਹਿਲਾ ਬਦਲਾਅ ਜਿਹੜਾ ਉਹ 1 ਜਨਵਰੀ ਨੂੰ ਕੀਤਾ ਗਿਆ ਜਦੋਂ ਕਾਸਟ ਆਫ ਲਿਵਿੰਗ ਨੂੰ ਡਬਲ ਕੀਤਾ ਗਿਆ ਕਿਉਂਕਿ ਜੋ ਜੀਆਈਸੀ ਦੀ ਅਮਾਉਂਟ 10000 ਡਾਲਰ ਇੱਕ ਸਾਲ ਦੀ ਫੀਸ ਕਿਤੀ ਗਈ ਸੀ ਉਹ ਕਾਫੀ ਸਾਲ ਪਹਿਲਾਂ ਕੀਤੀ ਗਈ ਸੀ ਤੇ ਉਦੋਂ ਦੇ ਸਮੇਂ ਦੇ ਅਕੋਰਡਿੰਗ ਉਹ ਅਮਾਉਂਟ ਬਿਲਕੁਲ ਸਹੀ ਸੀ ਉਦੋਂ ਇੱਕ ਬੱਚੇ ਨੂੰ ਕੈਨੇਡਾ ਦੇ ਵਿੱਚ ਰਹਿਣ ਦੇ ਲਈ 10000 ਡਾਲਰ ਦੀ ਹੀ ਇੱਕ ਸਾਲ ਦੇ ਵਿੱਚ ਜ਼ਰੂਰਤ ਹੁੰਦੀ ਸੀ ਬਟ ਕਿਉਂਕਿ ਰੈਸੈਸ਼ਨ ਦਾ ਦੌਰ ਚੱਲ ਰਿਹਾ ਕਿਤੇ ਨਾ ਕਿਤੇ ਉਹ ਜਿਹੜੀ ਅਮਾਉਂਟ ਆ ਉਹਨੂੰ ਉਹ ਡਬਲ ਹੋ ਚੁੱਕੀ ਸੀ ਤੇ ਇਹ ਚੀਜ਼ ਕਿਤੇ ਨਾ ਕਿਤੇ ਗਵਰਨਮੈਂਟ ਆਫ ਕੈਨੇਡਾ ਨੂੰ ਵੀ ਪਤਾ ਸੀ ਇਹੀ ਰੀਜ਼ਨ ਸੀ ਉਹਨਾਂ ਨੇ ਕਾਸਟ ਆਫ ਲਿਵਿੰਗ ਨੂੰ ਡਬਲ ਕੀਤਾ ਗਿਆ ਯਾਨੀ ਜੀਆਈਸੀ ਨੂੰ ਡਬਲ ਕੀਤਾ ਗਿਆ ਸੋ ਇਹ ਜੀਆਈਸੀ ਸਟੂਡੈਂਟ ਦਾ ਹੀ ਪੈਸਾ ਸਟੂਡੈਂਟ ਦੇ ਕੋਲ ਹੀ ਰਹਿਣਾ ਤੇ ਉਹਨਾਂ ਦੇ 1 ਸਾਲ ਦੇ ਫੂਡ ਐਂਡ ਅਕਮੋਡੇਸ਼ਨ ਦੀ ਇਹ ਕਾਸਟ ਹੈ ਜੋ ਕੈਨੇਡਾ ਦੇ ਵਿੱਚ ਜਾ ਕੇ ਸਟੂਡੈਂਟ ਨੂੰ ਹੀ ਮਿਲ ਜਾਣੀ ਆ ਸੋ ਇਸ ਨੂੰ ਲੈ ਕੇ ਵੀ ਬਹੁਤ ਰੌਲਾ ਪਿਆ ਵੀ ਜੀਆਈਸੀ ਨੂੰ ਵਧਾ ਦਿੱਤਾ ਗਿਆ ਹੁਣ ਕੈਨੇਡਾ ਜਾਣ ਤੇ 25 ਤੋਂ 30 ਲੱਖ ਖਰਚ ਆਊਗਾ ਜੀਆਈਸੀ ਨੂੰ ਜਰੂਰ ਡਬਲ ਕੀਤਾ ਗਿਆ ਬਟ ਇਹ ਜੀਆਈਸੀ ਸਟੂਡੈਂਟ ਦਾ ਹੀ ਪੈਸਾ ਸਟੂਡੈਂਟ ਨੂੰ ਹੀ ਮਿਲ ਜਾਣਾ ਉਸ ਤੋਂ ਬਾਅਦ 22 ਜਨਵਰੀ ਨੂੰ ਨਵੇਂ ਬਦਲਾਅ ਕੀਤੇ ਜਾਂਦੇ ਆ ਜਿਸ ਦੇ ਵਿੱਚ ਕੈਪਿੰਗ ਨੂੰ ਲੈ ਕੇ ਬਦਲਾਅ ਕੀਤੇ ਜਾਂਦੇ ਆ ਜਿਸ ਨੂੰ ਲੈ ਕੇ ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ ਦਾ ਜਿਹੜਾ ਪੀਜੀਡਬਲਯੂਪੀ ਬੰਦ ਕੀਤਾ ਜਾਂਦਾ ਤੇ ਨਾਲ ਦੀ ਨਾਲ ਕੈਨੇਡਾ 스ਪਾ우스 ਓਪਨ ਵਰਕਰ ਮੀ ਵੀ ਡਿਪਲੋਮਾ ਪ੍ਰੋਗਰਾਮ ਤੇ ਬੰਦ ਕੀਤਾ ਜਾਂਦਾ ਸਭ ਤੋਂ ਪਹਿਲਾ ਜਿਹੜਾ ਬਦਲਾਅ ਸੀ ਉਹ ਕੈਪਿੰਗ ਕੀਤੀ ਜਾਂਦੀ ਆ ਸਟੂਡੈਂਟ ਦੀ ਜਿਹੜੀ ਇੱਕ ਜਿਹੜਾ ਇਸ ਤੋਂ ਪਹਿਲਾਂ ਕਿੰਨਾ ਸਟੂਡੈਂਟ ਇੱਕ ਸਾਲ ਦੇ ਵਿੱਚ ਆਊਗਾ ਕੋਈ ਵੀ ਇਸ ਦਾ ਜਿਹੜਾ ਇੱਕ ਤਰੀਕੇ ਦੇ ਆਪਾਂ ਕਹਿੰਦੇ ਕਿੰਨੀ ਵੋਲਿਊਮ ਦੇ ਵਿੱਚ ਸਟੂਡੈਂਟ ਆਉਣਗੇ ਇਹ ਫਿਕਸ ਨਹੀਂ ਸੀ ਜਿੰਨੀਆਂ ਨੰਬਰ ਆਫ ਐਪਲੀਕੇਸ਼ਨ ਅਪਲਾਈ ਹੁੰਦੀਆਂ ਸੀ ਉਹਦੇ ਵਿੱਚੋਂ ਜਿਸ ਤਰੀਕੇ ਦਾ ਸਕਸੈਸ ਰੇਟ ਦਿੱਤਾ ਜਾਂਦਾ ਸੀ ਉਨਾਂ ਹੀ ਸਟੂਡੈਂਟ ਕੈਨੇਡਾ ਦੇ ਵਿੱਚ ਆ ਜਾਂਦਾ ਹੁਣ ਇਸ ਨੂੰ ਫਿਕਸ ਕੀਤਾ ਗਿਆ ਸਾਲ 2024 ਦੇ ਵਿੱਚ ਸਿਰਫ 3,60,000 ਸਟੂਡੈਂਟ ਨੂੰ ਹੀ ਕੈਨੇਡਾ ਸਟੱਡੀ ਵੀਜ਼ਾ ਦਿੱਤਾ ਜਾਊਗਾ ਉਸ ਤੋਂ ਬਾਅਦ ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ ਨੂੰ ਜਿਹੜਾ PGWP ਸਤੰਬਰ 2024 ਤੋਂ ਜਿਹੜਾ ਉਹ ਬੰਦ ਕੀਤਾ ਗਿਆ ਕਿਉਂਕਿ ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ ਦੇ ਵਿੱਚ ਕੀ ਹੁੰਦਾ ਸੀ ਇੱਕ ਪਬਲਿਕ ਕਾਲਜ ਜਿਸ ਨੂੰ PGWP ਦੇ ਲਈ एलिਜੀਬਲ ਕਾਲਜ ਆ ਉਹ ਮੇਨ ਸਿਟੀ ਤੋਂ ਬਹੁਤ ਦੂਰ ਸੀ ਤੇ ਉਹਨਾਂ ਕਾਲਜਸ ਨੇ ਪ੍ਰਾਈਵੇਟ ਕਾਲਜਸ ਜਿਹੜੇ ਮੇਨ ਸਿਟੀ ਦੇ ਵਿੱਚ ਸੀ ਉਹਨਾਂ ਦੇ ਨਾਲ ਇੱਕ ਜਿਹੜੀ ਪਾਰਟਨਰਸ਼ਿਪ ਕੀਤੀ ਗਈ ਜਿਸ ਦੇ ਵਿੱਚ ਉਹਨਾਂ ਨੇ ਕਲਾਸ ਜਿਹੜੀਆਂ ਪਬਲਿਕ ਕਾਲਜ ਦੇ ਵਿੱਚ ਲਗਵਾਈਆਂ ਗਈਆਂ ਬਹੁਤ ਵਧੀਆ ਕਨਸੈਪਟ ਸੀ ਬਸ ਇਸ ਦਾ ਵੀ ਮਿਸਯੂਜ਼ ਹੋਣਾ ਸ਼ੁਰੂ ਹੋਇਆ ਪ੍ਰਾਈਵੇਟ ਕਾਲਜਸ ਦੁਬਾਰਾ ਨੰਬਰ ਆਫ ਸਟੂਡੈਂਟ ਇਨਰੋਲ ਕੀਤੇ ਗਏ ਤੇ ਉੰਨੀ ਜਗ੍ਹਾ ਉਹਨਾਂ ਦੇ ਕੋਲ ਸਟੂਡੈਂਟ ਨੂੰ ਪੜਾਉਣ ਦੇ ਲਈ ਨਹੀਂ ਸੀ ਫਿਰ ਉਹਨਾਂ ਨੇ ਮਾਰਨਿੰਗ ਆਫਟਰਨੂਨ ਈਵਨਿੰਗ ਬੈਚ ਸ਼ੁਰੂ ਕੀਤੇ ਗਏ ਫਿਰ ਵੀ ਕੁਆਲਿਟੀ ਆਫ ਐਜੂਕੇਸ਼ਨ ਸਟੂਡੈਂਟ ਨੂੰ ਨਹੀਂ ਦਿੱਤੀ ਗਈ ਸੋ ਕਿਤਨੇ ਕਿਤੇ ਇਹ ਵੀ ਗਵਰਨਮੈਂਟ ਦੇ ਧਿਆਨ ਦੇ ਵਿੱਚ ਸੀ ਇਸੇ ਕਰਕੇ ਜਿਹੜਾ ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ ਦੇ ਉੱਪਰ ਜਿਹੜਾ ਪੂਰਨ ਤੌਰ ਤੇ ਬਹਿਨ ਲਗਾਇਆ ਗਿਆ ਇੱਕ ਤ ਨਾਲ PGWP ਉਸ ਦਾ ਬੰਦ ਕੀਤਾ ਗਿਆ ਉਸ ਤੋਂ ਬਾਅਦ ਗੱਲ ਆਉਂਦੀ ਆ 스파우스 ਓਪਨ ਪਰਮਨੈਂਟ ਦੀ ਕਿਉਂਕਿ ਇੰਟਰਨੈਸ਼ਨਲ ਸਟੂਡੈਂਟ ਜਿਹੜੇ ਕੈਨੇਡਾ ਦੇ ਵਿੱਚ ਹੈਗੇ ਆ ਉਹ ਆਪਣੇ 스파우스 ਦੇ ਲਈ 스파우스 ਓਪਨ ਪਰਮਨੈਂਟ ਅਪਲਾਈ ਕਰ ਸਕਦੇ ਆ ਬਟ ਇਸ ਚੀਜ਼ ਦਾ ਵੀ ਮਿਸਯੂਜ਼ ਜਿਹੜਾ ਕੀਤਾ ਗਿਆ ਬਟ ਘੱਟ ਉਮਰ ਦੇ ਬੱਚਿਆਂ ਦੇ ਜਿਹੜੇ ਵਿਆਹ ਕਰਨੇ ਸ਼ੁਰੂ ਕੀਤੇ 18 18 ਸਾਲ 19 19 ਸਾਲ ਦੇ ਬੱਚਿਆਂ ਦੇ ਵਿਆਹ ਕਰਨੇ ਸ਼ੁਰੂ ਕੀਤੇ ਗਏ 스파우스 ਵੀਜ਼ਾ ਅਪਲਾਈ ਕਰਕੇ ਉਹਨਾਂ ਦੇ 스파우스 ਵੀ ਨਾਲ ਜਾਂਦੇ ਰਹੇ ਤੇ ਸਭ ਤੋਂ ਜ਼ਿਆਦਾ ਡਿਸਪਿਊਟ ਕੈਨੇਡਾ ਦੇ ਵਿੱਚ ਉਹਨਾਂ ਦੇ ਜਾ ਕੇ ਉੱਥੇ ਪੈਂਦੇ ਰਹੇ ਤੇ ਕਿਤੇ ਨਾ ਕਿਤੇ ਪੁਲਿਸ ਦੁਬਾਰਾ ਇਸ ਚੀਜ਼ ਦੀ ਜਿਹੜੀ ਡਿਟੇਲ ਆ ਉਹ ਸਾਰੇ ਡਿਪਾਰਟਮੈਂਟ ਦੇ ਨਾਲ ਸ਼ੇਅਰ ਕੀਤੀ ਗਈ ਸੀ ਜੋ ਵੀ પતિ ਪਤਨੀ ਦੇ ਵਿੱਚ ਕੈਨੇਡਾ ਦੇ ਵਿੱਚ ਡਿਸਪਿਊਟ ਪੈਂਦਾ ਮੈਕਸਿਮਮ ਜਿਹੜਾ ਦੇਖਿਆ ਗਿਆ ਸੀ ਘੱਟ ਉਮਰ ਦੇ ਜਿਹੜੇ ਕਪਲ ਹੁੰਦੇ ਸੀ ਉਹਨਾਂ ਦੇ ਵਿੱਚ ਹੀ ਇਸ ਤਰੀਕੇ ਦਾ ਜਿਹੜਾ ਡਿਸਪਿਊਟ ਜਿਹੜਾ ਉਹ ਪੈਂਦਾ ਸੀ ਸੋ ਇਹੀ ਰੀਜਨ ਸੀ ਜਿਹੜਾ +2 ਵਾਲੇ ਬੱਚੇ ਦਾ ਯਾਨੀ ਡਿਪਲੋਮਾ ਪ੍ਰੋਗਰਾਮ ਦੇ ਉੱਪਰ ਜਿਹੜਾ ਜਿਹੜਾ ਸਪਾਊਸ ਓਪਨ ਵਰ ਪਰਮਨ ਨੂੰ ਬੰਦ ਕੀਤਾ ਗਿਆ ਸਿਰਫ ਅਗਰ ਮਾਸਟਰ ਜਾਂ ਡਾਕਟਰ ਡਿਗਰੀ ਦੇ ਲਈ ਹੀ ਅਪਲਾਈ ਕਰਨਾ ਫਿਰ ਹੀ ਤੁਹਾਡਾ ਸਪਾਊਸ ਤੁਹਾਨੂੰ ਅਕੰਪਨੀ ਕਰ ਸਕਦਾ ਸੋ ਇਹ ਤੀਸਰਾ ਬਦਲਾ ਸੀ ਉਸ ਤੋਂ ਬਾਅਦ ਪ੍ਰਵਿੰਸ ਅਟੈਸਟੇਸ਼ਨ ਲੈਟਰ ਦੀ ਜਿਹੜੀ ਜਿਹੜੀ ਉਹਨੂੰ ਕੰਪਲਸਰੀ ਕੀਤਾ ਗਿਆ ਵੀ ਅਗਰ ਤੁਸੀਂ ਸਟੱਡੀ ਵੀਜ਼ਾ ਅਪਲਾਈ ਕਰਨਾ ਤਾਂ ਪ੍ਰਵਿੰਸ ਦੀ ਅਪਰੂਵਲ ਵੀ ਤੁਹਾਡੇ ਕੋਲ ਹੋਣੀ ਜ਼ਰੂਰੀ ਹੈ ਇਹ ਕਿਉਂ ਜ਼ਰੂਰੀ ਹੈ ਕਿਉਂਕਿ ਇਸ ਤੋਂ ਪਹਿਲਾਂ ਕਾਲਜਸ ਦੁਬਾਰਾ ਪ੍ਰਵਿੰਸ ਦੇ ਨਾਲ ਕੋਈ ਡਿਟੇਲ ਸ਼ੇਅਰ ਨਹੀਂ ਕੀਤੀ ਜਾਂਦੀ ਸੀ ਫੈਡਰਲ ਗਵਰਨਮੈਂਟ ਨੇ ਵੀਜ਼ਾ ਦੇਣਾ ਹੁੰਦਾ ਸੀ ਜਿਹੜਾ ਕਾਲਜ ਨੇ ਐਲਓਏ ਬੱਚੇ ਨੂੰ ਦੇਣਾ ਹੁੰਦਾ ਸੀ ਬਟ ਇਸ ਦੇ ਵਿਚਾਲੇ ਹੁਣ ਪ੍ਰਵਿੰਸ ਗਵਰਨਮੈਂਟ ਨੂੰ ਵੀ ਰੱਖਿਆ ਗਿਆ ਸੋ ਅਗਰ ਤੁਸੀਂ ਸਟੱਡੀ ਵੀਜ਼ਾ ਅਪਲਾਈ ਕਰਨਾ ਤਾਂ ਤੁਹਾਡੇ ਕੋਲ ਕਾਲਜ ਦੇ ਐਲਓਏ ਦੇ ਨਾਲ-ਨਾਲ ਪ੍ਰਵਿੰਸ ਅਟੈਸਟੇਸ਼ਨ ਹੋਣਾ ਵੀ ਜ਼ਰੂਰੀ ਹੈ ਸੋ ਇਹ ਜਿਹੜੇ ਤਿੰਨ ਬਦਲਾਅ ਕੀਤੇ ਗਏ ਸੀ ਹੁਣ ਇਸ ਦਾ ਸਭ ਤੋਂ ਵੱਧ ਬੈਨੀਫਿਟ ਹੀ ਇੰਟਰਨੈਸ਼ਨਲ ਸਟੂਡੈਂਟ ਨੂੰ ਹੋਣਾ ਇਸ ਤੋਂ ਪਹਿਲਾਂ ਲੱਗਦਾ ਸੀ ਵੀ ਕੁਝ ਨਾ ਕੁਝ ਨੁਕਸਾਨ ਜਿਹੜਾ ਇੰਟਰਨੈਸ਼ਨਲ ਸਟੂਡੈਂਟ ਨੂੰ ਹੋਣਾ ਬਟ ਜਿਸ ਤਰੀਕੇ ਦਾ ਕੋਟਾ ਹੁਣ ਸਾਹਮਣੇ ਆ ਰਿਹਾ ਜਿਸ ਤਰੀਕੇ ਦਾ ਕੋਟਾ ਪ੍ਰਵਿੰਸ ਨੂੰ ਅਲਾਉਂਕ ਕੀਤਾ ਗਿਆ ਉਸ ਨੂੰ ਲੈ ਕੇ ਲੱਗਦਾ ਵੀ ਇਸ ਦਾ ਜਿਹੜਾ ਬੈਨੀਫਿਟ ਆ ਉਹ ਇੰਟਰਨੈਸ਼ਨਲ ਸਟੂਡੈਂਟ ਨੂੰ ਜ਼ਿਆਦਾ ਹੋਣਾ ਕਿਉਂਕਿ ਪਬਲਿਕ ਕਾਲਜਸ ਨੂੰ ਪ੍ਰਾਇੋਰਟੀ ਦਿੱਤੀ ਗਈ ਹੈ